ਬਿਸਮਿਲ੍ਲਾਹਿਰ-ਰਹਿਮਾਨ-ਰਹੀਮ। ਅਸਲਾਮ ਅਲੈਕੁਮ ਜੀ, ਗੁੱਡ ਮਾਰਨਿੰਗ। ਕੀ ਹਾਲ ਨੇ ਸਾਰਿਆਂ ਦੇ? ਸਵੇਰ ਸਵੇਰ ਮਾਸ਼ਾਅੱਲਾ ਨਾਲ ਬਾਰਿਸ਼ ਹੋ ਰਹੀ ਆ ਔਰ ਬੇਗਮ ਸਾਹਿਬਾਂ ਬਾਰਿਸ਼ ਦੇ ਵਿੱਚ ਜਿਹੜਾ ਕਹਿੰਦਾ ਝਾੜੂ ਦਿੱਤੀ ਜਾਂਦੀ ਗੱਲ ਕਰਨ ਵਾਲੀ। ਹਾਂ, ਬਾਰਿਸ਼ ਤੁਹਾਨੂੰ ਦਿਖਾਈ ਹੈ, ਬਾਰਿਸ਼ ਹੁੰਦੀ ਕਿਵੇਂ ਪਈ ਆ ਇਹ ਦੇਖੋ ਜੀ। ਮਾੜੀ ਮਾੜੀ ਹੋ ਰਹੀ ਹੈ, ਤੇਜ਼ ਨਹੀਂ ਹੈ, ਬਰੀਕ ਬਰੀਕ ਥੋੜ੍ਹੀ ਥੋੜ੍ਹੀ ਬਾਰਿਸ਼ ਹੁੰਦੀ ਪਈ ਆ। ਔਰ ਬਲਕਿ ਇਸ ਬਾਰਿਸ਼ 'ਤੇ ਇੰਜੋਏ ਕਰਨਾ ਚਾਹੀਦਾ, ਨਹਾਉਣਾ ਵੀ ਚਾਹੀਦਾ। ਲੇਕਿਨ ਸੁਬੋ ਸੁਬੋ ਗਿੱਲਾ ਹੋ ਗਿਆ ਨਾ, ਤਾਂ ਮੇਰੇ ਦਿਲ ਕਰਦੀ ਕਿ ਥੋੜ੍ਹਾ ਬਹੁਤ ਸਾਵਣ ਕਰ, ਮੂੰਹ ਹੱਥ ਮੈਂ ਧੋ ਕੇ ਆਇਆ। ਲੇਕਿਨ ਮੇਰਾ ਦਿਲ ਕਰਦਾ ਪਿਆ ਕਹਿੰਦਾ ਹੁਣ ਨਾ ਸੋ ਜਾਈਏ, ਠੰਡਕ ਹੋ ਗਈ ਆ। ਹਾ ਹਾ ਹਾ, ਬੱਦਲ ਬਣੇ ਪਿਆ ਜ਼ਬਰਦਸਤ, ਬਿਹਤਰੀਨ। ਫਰਿੱਜ ਦੇ ਵਿੱਚੋਂ ਤਾਜ਼ੇ ਤਾਜ਼ੇ ਅੰਬ ਚੱਕ ਕੇ ਲੈ, ਨਾਲ ਨਿੰਬੂ ਵੀ ਲੈ ਕੇ ਆ, ਇੱਥੇ ਬਹਿ ਕੇ ਖਾਂਦੇ ਹਾਂ, ਪੀੜੀ ਕੱਤ ਕੇ ਬਲਕਿ ਉੱਥੇ ਅੱਗੇ ਕਰ। ਰਾਤ ਨੂੰ ਮੈਂ ਖਾਇਆ ਕੋਈ ਨਹੀਂ ਸੀ, ਮੇਰਾ ਹਿੱਸਾ ਪਿਆ ਸੀ ਅਤੇ ਇੱਥੇ ਬਹਿ ਕੇ ਹੁਣ ਖਾਂਦੇ। ਔਰ ਇਹ ਦੇਖ ਪਿੱਛੇ ਹੀ ਆ ਗਏ ਨੇ ਅਬਦੁਲ ਹਾਦੀ, ਤੂੰ ਵੀ ਉੱਠ ਗਿਆ ਹੈ, ਤੂੰ ਵੀ ਖਾਣੇ ਨੇ। ਔਰ ਬਰਫ਼ ਤਰ੍ਹਾਂ ਅੰਬ ਜੰਬੇ ਹੋਣੇ ਆ, ਦੇਖੋ ਮੱਠੀ ਮੱਠੀ ਬਾਰਿਸ਼ ਨਾ ਹੋਈ ਜਾ ਰਹੀ ਆ। ਔਰ ਮੈਂ ਥੋੜ੍ਹਾ ਜਿਹਾ ਬਾਹਰ ਨਿਕਲ ਗਿਆ ਸੀ, ਮੈਂ ਥੋੜ੍ਹਾ ਜਿਹਾ ਸੈਰ ਸਪਾਟਾ ਕਰਿਆ ਵੀ ਹੈ। ਹਾਂਜੀ, ਬਾਰਿਸ਼ ਬਾਰਿਸ਼ ਇੱਧਰ, ਬਾਰਿਸ਼ ਇੱਧਰ, ਕਿੱਧਰ ਚੱਲਿਆ? ਬਾਰਿਸ਼ ਬੇਗਮ ਸਾਹਿਬਾਂ ਬੱਚਿਆਂ ਵਾਸਤੇ ਨਾਸ਼ਤਾ ਵਗੈਰਾ ਬਣਾ ਰਹੀ ਹੈ, ਬਾਰਿਸ਼ ਫਿਰ ਹੋਣ ਲੱਗ ਗਈ ਲੈ। ਚਲੋ ਜੀ, ਮੈਂ ਚੱਲਿਆ ਜੀ ਅਬਦੁਲ ਰਹਿਮਾਨ ਸਾਹਿਬ ਨੂੰ ਟਿਊਸ਼ਨ ਛੱਡਣ ਵਾਸਤੇ। ਬਾਰਿਸ਼ ਹੋ ਚੁੱਕੀ ਹੈ ਜੀ, ਖਤਮ ਮੌਸਮ ਬਾਰਿਸ਼ ਵਾਲਾ ਬਣਿਆ ਹੋਇਆ ਹੈ। ਲੇਕਿਨ ਇਸ ਵਕਤ ਬਾਰਿਸ਼ ਨਹੀਂ ਹੋ ਰਹੀ, ਬੱਚੇ ਕੀਤੀ ਖੜੇ ਨੇ ਜੀ ਤੰਗ। ਔਰ ਬੱਚੇ ਕਹਿ ਰਹੇ ਨੇ ਲਿਆ ਕੇ ਦਿਓ ਸਾਨੂੰ, ਕੀ ਸੱਦੇ ਨੇ? ਹਾਂ, ਟੀਵੀ ਬਣਿਆ ਪਿਆ। ਔਰ ਜਾਂ ਫੋਨ ਆਇਆ ਹੈ ਨਾ, ਕੱਲ੍ਹ ਫੋਨ ਆਇਆ ਸੀ ਟੀਵੀ ਵਾਲੇ ਦਾ, ਟੀਵੀ ਵੀ ਤੁਹਾਡਾ ਬਣਿਆ ਪਿਆ ਅਤੇ ਆ ਕੇ ਲੈ ਜਾਓ। ਸਾਡੇ ਇਲਾਕੇ 'ਚ ਤਾਂ ਬਾਰਿਸ਼ ਹੁੰਦੀ ਕੋਈ ਨਹੀਂ ਪਈ, ਉਹ ਨਾ ਹੋਵੇ ਕਿ ਰਸਤੇ ਵਿੱਚ ਪਹੁੰਚੀਏ ਅਤੇ ਬਾਰਿਸ਼ ਜਿਹੜੀ ਆ ਨਾ ਸ਼ੁਰੂ ਹੋ ਜਾਵੇ। ਹਾਂ, ਕਿਉਂਕਿ ਸਾਹੀਵਾਲ ਜਿਹੜਾ ਹੈਗਾ ਨਾ ਜਾਣਾ, ਅਤੇ ਇਹ ਦੇਖੋ ਇਹ ਖਾਂਦਾ ਪੀਂਦਾ ਵੇਖੋ ਕਿਵੇਂ ਪਿਆ। ਵੈਲਕਮ ਬੈਕ ਹੋ ਗਿਆ ਜੀ ਬੱਚਿਆਂ ਦਾ, ਸਰਪ੍ਰਾਈਜ਼ ਤਾਂ ਬੱਚਿਆਂ ਨੂੰ ਮਿਲ ਗਿਆ। ਬੱਚੇ ਭਾਈ ਸਾਹਿਬ ਨਾਲ ਬੜੇ ਖੁਸ਼ ਨੇ, ਜ਼ਬਰਦਸਤ। ਰਸਤੇ ਤੁਸੀਂ ਵੇਖਿਆ ਹੋਣਾ ਕੀ ਸੱਦੇ ਨੇ, LCD ਲੈ ਕੇ ਆਉਂਦੀ ਆ, ਬੱਚੇ ਚਲਾ ਕੇ ਜਿਹੜਾ ਹੈਗਾ ਨਾ ਬੈਠੇ ਹੋਏ ਨੇ ਆਰਾਮ ਸਕੂਨ ਨਾਲ, ਅਤੇ ਆਪਾਂ ਚਲੀਏ ਚੱਲ ਕੇ ਨਾ ਪੱਠੇ ਵਾਡਿਆ ਵੀ ਪਹਿਲੇ ਸਭ ਤੋਂ, ਕਿਉਂਕਿ ਨਾ ਮੌਸਮ ਖਰਾਬ ਹੈ, ਅਗਰ ਬਾਰਿਸ਼ ਵਗੈਰਾ ਹੋ ਗਈ ਨਾ ਅਤੇ ਫਿਰ ਪੱਠੇ ਜਿਹੜਾ ਹੈਗਾ ਨਾ ਨਹੀਂ ਵੱਢੇ ਜਾਣ। ਸਭ ਤੋਂ ਪਹਿਲੇ ਕੰਮ ਕਰਨੇ ਵਾਪਸੀ 'ਤੇ ਆ ਕੇ ਬੇਗਮ ਸਾਹਿਬਾਂ ਦਾ ਵੀ ਨਾ ਜ਼ਬਰਦਸਤ ਸਰਪ੍ਰਾਈਜ਼ ਹੈ, ਬੇਗਮ ਸਾਹਿਬਾਂ ਨੂੰ ਵਾਪਸੀ 'ਤੇ ਆ ਕੇ ਨਾ ਸਰਪ੍ਰਾਈਜ਼ ਦਿੰਦੇ ਹਾਂ। ਚੱਲ ਆ ਜਾ, ਪਹਿਲੇ ਪੱਠੇ ਵਾਡੇ ਆਈਏ। ਸਾਡੇ ਵਾਲੀ ਸਾਈਡ 'ਤੇ ਤਾਂ ਭਾਈ ਸਾਹਿਬ ਨਾਲ ਗਰਮੀ 0/0 ਹੋਈ ਪਈ ਆ, ਬਿਲਕੁਲ ਮਾਸ਼ਾਅੱਲਾ ਨਾਲ ਸੁਬਹ ਦੀ ਵੇਖੇ ਨਾ ਬਾਰਿਸ਼ ਹੁੰਦੀ ਪਈ ਆ, ਕੱਲ੍ਹ ਵੀ ਬਾਰਿਸ਼, ਪਰਸੋਂ ਵੀ, 4-5 ਦਿਨ ਹੋ ਗਏ ਨਾ ਬਾਰਿਸ਼ ਹੀ ਹੋ ਰਹੀ ਆ। ਔਰ ਹੁਣ ਵੀ ਬੱਦਲ ਬਣੇ ਹੋਇਆ ਔਰ ਟਾਈਮ ਤਕਰੀਬਨ 4 ਦਾ ਹੋ ਗਿਆ। ਚਲੀਏ ਨਾ ਪੱਠੇ ਲੈ ਆਉਂਦੇ ਹਾਂ, ਪਹਿਲੇ ਵਾਪਸੀ ਤੇ ਆ ਕੇ ਤੁਹਾਨੂੰ ਦੋ ਦੋ ਸਰਪ੍ਰਾਈਜ਼ ਦਾ ਬੜਾ ਫਾਇਦਾ ਹੈ ਟੀਵੀ ਦਾ, ਇਸ ਕਰਕੇ ਬੜਾ ਬੱਚੇ ਬੜੇ ਸਕੂਨ ਨਾਲ ਬੈਠੇ ਇੱਦਾਂ ਨਾ, ਕਦੇ ਕੋਈ ਬੱਚਾ ਕੋਈ ਸ਼ਾ ਖਿਲਾਰੀ ਖਾਉਂਦਾ ਤੇ ਕੋਈ ਸ਼ਾ। ਅੱਛਾ, ਮੈਨੂੰ ਤੂੰ ਇਹ ਵੀ ਦੱਸ ਯਾਰ, ਸਰਪ੍ਰਾਈਜ਼ ਕੇ ਦਾ ਮੈਨੂੰ ਨਾ ਟੈਨਸ਼ਨ ਮਨ ਸਰਪ੍ਰਾਈਜ਼ ਨਾ। ਬੇਗਮ ਸਾਹਿਬ ਵਾਪਸੀ ਤੱਕ ਦੱਸਣਾ ਬੱਚੇ ਦਾ ਟੀਵੀ ਆਪਣਾ ਚਲਾ ਕੇ ਜਿਹੜਾ ਨਾ ਉਹਨਾਂ ਲਾ, ਉਹਨਾਂ ਲਾ ਕੇ ਨਾ ਚੈੱਕਅਪ ਚੁੱਪ ਕੀਤਾ ਕਿ ਚੱਲਦਾ ਵੀ ਹੈ ਕਿ ਨਹੀਂ ਚੱਲਦਾ। ਬਲਕਿ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਨਾ ਦੱਬ ਕੇ ਨੂੰ ਚਲਾਓ, ਉਹਨਾਂ ਵੇ ਕਿ 9000 ਰੁਪਏ ਉਹਨਾਂ ਨੇ ਲੈ ਲਿਆ, ਤੇ ਫਿਰ ਜਿਹੜਾ ਹੈਗਾ ਨਾ ਉਹ ਸਮਝ ਲਓ ਕਿ ਨਾ
ਬੇਈਮਾਨੀ ਨਾਲ ਸਾਡੇ ਨਾਲ ਹੋ ਜਾਵੇ। ਉਹ ਵੀ ਨਾ ਵੇਖ ਇੱਕ ਦੋ ਦੇ ਚੱਲੇ ਫਿਰ ਖਰਾਬ। ਹਾਂ ਮੈਂ ਉਹਨਾਂ ਨੂੰ ਕਿਹਾ ਕਿ ਦੋ ਚਾਰ ਦਿਨ ਚੰਗਾ ਇੰਜ ਚਲਾਓ ਨਾ, ਇੱਕ ਵਾਰੀ ਇੰਜ ਚਲਾਓ ਕਿ ਜਵਾਬ ਫਿਰ ਆਪੇ ਕਰ ਦਿਓ। ਹਾਂ ਕਿਉਂਕਿ ਚਲਾਵਾਂਗੇ ਤਾਂ ਪਤਾ ਲੱਗੇਗਾ ਨਾ ਕਿ ਸਹੀ ਹੋਈ ਹੈ ਕਿ ਨਹੀਂ ਹੋਈ। ਪੱਠਿਆਂ ਵਾਲਾ ਕੰਮ ਤੇ ਹੋ ਗਿਆ ਜੀ ਕੰਪਲੀਟ ਅਲਹਮਦੁਲਿਲਾ। ਔਰ ਪੱਠੇ ਮਾਸ਼ਾਅੱਲਾ ਛੋਟਿਆਂ ਛੋਟਿਆਂ ਨਾਲ ਹੱਥ ਲਾਇਆ ਸੀ ਔਰ ਪੱਠੇ ਵੱਡੇ ਹੋ ਵੀ ਗਏ ਨੇ। ਬੱਚੇ ਦਰਵਾਜ਼ੇ ਚੋਂ ਨਿਕਲ ਨਿਕਲ ਕੇ ਜਿਹੜਾ ਹੈਗਾ ਨਾ ਵੇਖ ਰਹੇ ਨੇ। ਉਹ ਚੰਦੇ ਹਨ ਅਸੀਂ ਨਾਲ ਆਈਏ ਸਾਕਿਆ ਆ ਆਪਾਂ ਦੇ ਨਾਲ ਸੀ ਹੁੰਦੇ ਸੀ ਤਾਂ ਆਪਾਂ ਮਨਾ ਕੀਤਾ ਵੀ ਨਾ। ਹਾਂਜੀ ਕਾ ਵੀ ਨਾਲ ਥੋੜਾ ਜਿਹਾ ਪੱਟਿਆ। ਬੱਚੇ ਸਾਰੇ ਜਿਹੜਾ ਹੈਗਾ ਨਾ ਇੱਥੇ ਹੀ ਆ ਕੇ ਜਮਾ ਹੋਏ ਖੜੇ ਨੇ। ਚੱਲ ਆ ਜਾ ਮਾਂ ਤੜੀ ਆਉਂਦੀ ਨਹੀਂ ਵੀ ਪੱਠੇ ਵਗੈਰਾ ਮੈਂ ਚੱਕ ਕੇ ਲੈ ਆਉਂਦੇ ਨੇ। ਸ਼ੌਕੀ ਜਿਹੜਾ ਹੈਗਾ ਨਾ ਪਾਏ ਨੂੰ ਕਾਹ ਕੂ ਖਾ ਰਿਹਾ, ਮੱਝ ਵੀ ਕਾਹ ਖਾ ਰਹੀ ਆ ਵੀ ਪੱਠਿਆ ਕਾਫੀ ਜ਼ਿਆਦਾ ਵਧਣ ਸੀ ਜ਼ਿਆਦਾ ਵੱਢ ਲੈਣੇ। ਅੰਗੂਰ ਲੈ ਕੇ ਆਉਂਦੇ ਸੀ ਜੀ ਸਾਹੀਵਾਲ 'ਚੋਂ ਆਉਣ ਲੱਗਿਆਂ ਜਦੋਂ ਨਾ ਲੈ ਕੇ ਆਇਆ ਸੀ ਟੀ ਵੀ ਵਗੈਰਾ। ਇੱਕ ਚੀਜ਼ ਹੋਰ ਵੀ ਲੈ ਕੇ ਆਉਂਦੀ ਉਹ ਬੇਗਮ ਸਾਹਿਬਨ ਸਰਪ੍ਰਾਈਜ਼ ਦੇਣਾ ਮੇਰੀ ਜੇਬ ਦੇ ਵਿੱਚ ਠੰਡੇ ਹੋਏ ਪਏ ਨੇ। ਹਾਂ ਆਉਂਦੇ ਆ ਕੇ ਫਰਿੱਜ 'ਚ ਰੱਖੇ ਸੀ, ਮੈਂ ਕਹਿੰਦਾ ਠੰਡੇ ਹੋਣਗੇ ਦੋ ਕੇ ਲੈਣ ਦੇਣ। ਹਾਂਜੀ ਬੱਚਿਆਂ ਨੇ ਤਾਂ ਮੇਰੇ ਖਿਆਲ ਤਬਾਹੀਆਂ ਲਾਹ ਦਿੱਤੀਆਂ ਹੋਣੀਆਂ ਖਾ ਖਾ। ਹਾਂਜੀ ਇਹ ਦੇਖੋ ਜੀ ਅੰਗੂਰ ਮਾਸ਼ਾਅੱਲਾ ਪਹਿਲਾ ਫਲ ਹੈ ਫਸਟ ਟਾਈਮ ਜਿਹੜਾ ਹੈਗਾ ਨਾ ਘਰ 'ਚ ਲੈ ਕੇ ਆਇਆ। ਬੇਗਮ ਸਾਹਿਬਾਂ ਕਹਿ ਰਹੀ ਹੈ ਕਿ ਸਰਪ੍ਰਾਈਜ਼ ਹੁਣ ਫਟਾਫਟ ਜਿਹੜਾ ਹੈਗਾ ਦੱਸੋ। ਵੈਸੇ ਸਰਦੀ ਕੋਈ ਨਹੀਂ ਆ, ਪੱਠੇ ਪੁੱਠੇ ਵੱਢ ਕੇ ਲੈ ਨਾ ਚੱਕ ਕੇ ਆਵੇ ਕੋਈ ਪਸੀਨਾ ਜਿਹੜਾ ਹੈਗਾ ਨਾ ਫਿਰ ਵੀ ਆ ਪੱਤੇ। ਹੁਣ ਸਰਪ੍ਰਾਈਜ਼ ਦੀ ਵਾਰੀ ਆ ਗਈ, ਤੁਹਾਨੂੰ ਦੱਸੇਗੀ ਸਰਪ੍ਰਾਈਜ਼ ਕੀ ਆ। ਇੱਕ ਤਾਂ ਬੱਚੇ ਜਿਹਨਾਂ ਰਾਜ਼ੀ ਹੋ ਗਏ, ਪੈਸੇ ਤਾਂ ਮੇਰੇ ਕਾਫੀ ਸਾਰੇ ਲੱਗ ਗਏ, ਤੁਹਾਨੂੰ ਪਤਾ 9000 ਰੁਪਇਆ ਲੱਗਾ ਜੀ LCD ਬਣਨ ਤੇ। ਸਹੀ ਗੱਲ। ਅਗਰ ਹੁਣ ਤੁਸੀਂ ਖਰਾਬ ਕੀਤੀ ਨਾ ਤੇ ਵਿਹਲੇ ਹੋ, ਆਈ ਸਮਝ? ਅਗਰ ਹੁਣ ਖਰਾਬ ਕੀਤੀ ਤੇ ਵਿਹਲੇ ਹੋ, ਬਿਲਕੁਲ ਨੀ ਲਿਆ ਕੇ ਦੇਣੀ। ਹਾਂ ਟੀਵੀ ਟੂਵੀ ਨੀ ਲੈ ਕੇ ਦੇਣਾ। ਔਰ ਇਹ ਖਰਾਬ ਕਰਨ ਵਾਲੀ ਇਹਨਾਂ ਨੇ ਇੱਕ ਵਾਰੀ ਵੀ ਨੀ ਵਿਚਾਰੀ, ਕਮ ਅਜ਼ ਕਮ ਘੁੰਮੇ ਹੈਗਾ 4-5 ਵਾਰੀ ਡਿੱਗ ਗਈ ਇਹਨਾਂ ਨੇ। ਤੇ ਇਹ ਤੇ ਸ਼ੁਕਰ ਹੈ ਕਿ ਇਹ ਬਿਲਕੁਲ ਬਣ ਗਈ ਆ। ਹਾਂ ਮਸਾਂ ਬਿਲਕੁਲ ਬੇਕਾਰ ਨੀ ਹੋਈ, ਗਿਲਾਸ ਮਾਰੇ ਪਤਾ ਨੀ ਇਹਦੇ ਨਾਲ ਕਿਤਨਾ ਕਿ LCD ਨਾਲ ਜ਼ੁਲਮ। ਮੈਂ ਕਹਿੰਦਾ ਕਹਿੰਦਾ ਜਿਗਰਾ ਜਿਹੜੀ ਚੱਲਦੀ ਪਈ ਆ, ਨਹੀਂ ਤੇ ਹੋਰ ਕੁਛ ਆਉਂਦੀ ਨਾ ਤੇ ਫਰਕ ਹੋ ਜਾਣੀ। ਸ਼ੁਕਰ ਹੈ ਕਿ ਚਲੋ ਬਣ ਗਈ ਆ ਥੋੜਿਆਂ ਜਿਹੇ ਪੈਸਿਆਂ ਦੇ ਵਿੱਚ। ਮੈਂ ਤਾਂ 20-25 ਹਜ਼ਾਰ ਰੁਪਏ ਲੱਗੇਗਾ। ਔਰ ਖਾਂਦੇ ਹਾਂ ਜੀ ਅੰਗੂਰ। ਔਰ ਸਭ ਤੋਂ ਪਹਿਲੇ ਨਾ ਸਰਪ੍ਰਾਈਜ਼ ਦੇਈਏ ਬੇਗਮ ਸਾਹਿਬਾਂ ਦਾ ਜਿਹੜਾ ਮੋਬਾਈਲ ਹੈਗਾ ਨਾ ਉਹ ਜੀ ਟੁੱਟ ਗਿਆ ਸੀ ਜਿਹੜਾ ਬਟਨਾਂ ਵਾਲਾ ਪਹਿਲੇ ਲੈ ਕੇ ਆਉਂਦਾ ਸੀ। ਬੇਗਮ ਸਾਹਿਬਾਂ ਵਾਸਤੇ ਨਿਊ 0 ਮੀਟਰ ਨਾਲ ਆਈਫੋਨ ਲੈ ਕੇ ਆਇਆ ਮੈਂ। ਹਾਂ ਮਜ਼ਾਕ ਨਹੀਂ ਕਰਦਾ, ਆਈਫੋਨ ਗਿਫਟ ਤੈਨੂੰ ਮਿਲਣ ਲੱਗਿਆ। ਔਰ ਸਹੀ ਦਾ ਆਈਫੋਨ, ਮਜ਼ਾਕ ਨਹੀਂ ਕਰਦਾ ਤਾਂ ਸੀਰੀਅਸ ਸਹੀ ਦਾ ਆਈਫੋਨ। ਇਹ ਦੇਖੋ ਜੀ ਬਿਸਮਿਲ੍ਲਾਹਿਰਰਹਿਮਾਨਿਰਰਹੀਮ, ਇਹ ਦੇਖੋ ਜੀ ਇਹ ਛੋਟਾ ਮਸਲ ਪੁਰਾਣਾ ਲੇਕਿਨ ਮੈਂ ਚਾਈਨਾ ਮੈਨਾਂ ਦਾ ਲੈਣ ਨਾ ਬਿਹਤਰ ਹੈ। ਤੇ ਹਾਂ ਪਤਾ ਕੀ ਹੈ, ਚਾਈਨਾ ਦਾ ਜਿਹੜਾ ਮੋਬਾਈਲ ਹੈਗਾ ਨਾ ਉਹਦੇ ਨਾਲ ਬਿਹਤਰ ਚੱਲਦਾ। ਮੈਂ ਕਹਿੰਦਾ ਇੱਕ ਛੋਟਾ ਜਿਹਾ ਬਿਲਕੁਲ ਸਹੀ ਰੇਟ ਮਿਲਿਆ, ਸਸਤਾ, ਬਲਕਿ ਚਾਈਨਾ ਦੇ ਮੋਬਾਈਲ ਨਹੀਂ ਅੱਧੋ ਅੱਧ ਸਸਤਾ ਮਿਲਿਆ। ਔਰ ਹੈ ਇੰਨਾ ਪਿਆਰਾ ਨਾ, ਮੇਰਾ ਮੈਂ ਲੈਣ ਤਾਂ ਗਿਆ ਸੀ ਅਸਲ ਤੇ ਕਿਸੇ ਲੁੱਪੀ ਜੀ ਤੇ, ਲੇਕਿਨ ਮੇਰੇ ਪਸੰਦ ਆ ਗਿਆ ਮੈਂ ਨਾ ਲੈ ਲਿਆ। ਇਹ ਦੇਖੋ ਕਿੰਨਾ ਪਿਆਰਾ iPhone 7 ਹੈ। ਔਰ ਇਹ ਮਿਲਿਆ ਕਿੰਨੇ ਦਾ ਇਹ ਡਿਟੇਲ ਤੁਹਾਨੂੰ ਦੱਸ ਦੇਣਾ। ਔਰ ਵਿੱਚ ਟੈਲੀਨਾਰ ਦੀ ਸਿਮ ਜਿਹੜੀ ਹੈਗੀ ਨਾ ਇਹ ਤੁਹਾਨੂੰ ਨਜ਼ਰ ਆ ਰਹੀ ਹੋਵੇਗੀ, ਚੱਲਦੀ ਪਈ ਆ, PTM ਪ੍ਰੂਵ ਹੈ। ਔਰ ਬਿਲਕੁਲ A1 ਹੈ, ਬਿਲਕੁਲ ਨਵਾਂ ਜਿਵੇਂ ਮੋਬਾਈਲ ਹੁੰਦਾ ਨਾ ਬਿਲਕੁਲ ਇਸ ਤਰੀਕੇ ਆ, ਠੀਕ ਆ। ਔਰ ਹੈ iPhone, ਮੈਂ ਤੈਨੂੰ ਕਿਹਾ ਸੀ ਬਿਲਕੁਲ iPhone, ਖੋ ਤੇ ਰੁਕ ਤੇ ਜਾ ਵਿਖਾ ਤੇ ਲੈਣ ਦੇ ਕਾਲੀ ਪਈ ਖੜੀ ਆ। ਔਰ ਇਹ ਲੈ ਕੇ ਆਉਂਦਾ ਸਪੈਸ਼ਲ, ਮੈਂ ਬੇਗਮ ਸਾਹਿਬਾਂ ਦੀ ਰੋਣ ਨਾ ਮਸਲ ਸਿਸਟਰਾਂ ਆਈ ਆ ਕਿ ਕਾਲ ਵਗੈਰਾ ਕਰਦੀਆਂ ਰਹਿੰਦੀਆਂ ਤਾਂ ਮੈਂ ਅਕਸਰ ਨਾ ਘਰੋਂ ਬਾਹਰ ਨਾ ਕਦੇ ਕਿਧਰੇ ਹੋ ਨਾ ਕਦੇ ਕਿਧਰੇ, ਤੇ ਇਸ ਕਰਕੇ ਨਾ ਮੈਂ ਕਿਹਾ ਇੱਧਰ ਹੀ ਕਾਲ ਕਰੇਗੀ ਮੇਰਾ ਜਿਹੜਾ ਹੈਗਾ ਨਾ ਸਮਝ ਲਓ ਕਮੈਂਟ, ਟੈਨਸ਼ਨ ਨਹੀਂ ਹੋਵੇਗੀ, ਠੀਕ ਹੈ। ਕਰੇਗੀ ਕਾਲ ਜਦੋਂ ਮਰਜ਼ੀ ਆਵੇਗੀ ਜਾਵੇਗੀ ਜੋ ਮਰਜ਼ੀ ਕਰੇਗੀ, ਟੈਨਸ਼ਨ ਨਹੀਂ ਹੋਵੇ। ਇਸੇ ਕਰਕੇ ਨਾ ਮੈਨੂੰ ਮੋਬਾਈਲ ਲੈ ਕੇ ਦੇਣਾ ਪਿਆ, ਕਿਉਂਕਿ ਨਾ ਅਕਸਰ ਉਹ ਮੇਰੇ ਲਈ ਫਿਰ ਕਾਲ ਆਉਂਦੀ ਰਹਿੰਦੀ ਹੈ ਤੇ ਮੇਰਾ ਟਾਈਮ ਨਹੀਂ ਲੱਗਦਾ, ਕਿਉਂਕਿ ਮੈਂ ਕਦੇ ਮੋਬਾਈਲ ਅਪਲੋਡ ਕਰ ਰਿਹਾ ਹੁੰਦਾ ਕਦੇ ਬਣਾ ਰਿਹਾ ਹੁੰਦਾ ਵਲੌਗ, ਠੀਕ ਆ। ਇਸ ਕਰਕੇ ਜਿਹੜਾ ਹੈਗਾ ਨਾ ਮੇਰਾ ਟਾਈਮ ਨਹੀਂ ਲੱਗਦਾ ਤੇ ਇਹਨੂੰ ਨਵਾਂ ਲੈ ਕੇ ਦੇਣਾ ਪਿਆ। ਹੁਣ ਮੈਂ ਤੁਹਾਨੂੰ ਦੱਸਾਂ ਕਿ ਇਹ ਮਿਲਿਆ ਕਿੰਨੇ ਦਾ, ਕਿੰਨੇ ਦਾ ਵੈਸਾ ਹੋਵੇਗਾ ਪਤਾ ਨਹੀਂ।
ਮੈਨੂੰ ਕੀ ਪਤਾ। ਇਹ ਸਿਰਫ ਔਰ ਸਿਰਫ ਮਿਲਿਆ ਹੈ ਜੀ 15,500 ਰੁਪਏ ਦਾ, ਠੀਕ ਹੈ, ਪੀ ਟੀ ਇੰਪਰੂਵ 15,500 ਰੁਪਏ ਦਾ, ਔਰ ਕਾਫੀ ਅੱਛਾ ਵੀ ਆ, ਬਿਹਤਰੀਨ ਹੀ ਆ। ਹੁਣ ਇਹਦਾ ਖਿਆਲ ਰੱਖਣਾ, ਉਹ ਨਾ ਹੋਵੇ ਕਿ ਅੱਗੇ ਤਰ੍ਹਾਂ ਇਹ ਵੀ ਖਤਮ ਹੋ ਜਾਵੇ, ਕਿਉਂਕਿ ਮੈਂ ਪਹਿਲੇ 2-3 ਮੋਬਾਈਲ ਨਾਲ ਜ਼ਾਇਆ ਕੀਤੀ ਖੜਾ, ਬੱਚੇ ਇਹ ਬੱਚਿਆਂ ਨੂੰ ਫੜਾ ਦਿੰਦੀ ਤੇ ਬੱਚੇ ਜਿਹੜੇ ਹੈਗੇ ਨਹੀਂ, ਬੱਚਿਆਂ ਨੂੰ ਬੱਚੇ ਤੋੜ ਦਿੰਦੇ, ਬੱਚਿਆਂ ਨੂੰ ਟੀਵੀ ਦਾ ਮਸਲਾ ਸੀ ਤੇ ਹੁਣ ਟੀਵੀ ਜੁੜ ਗਿਆ ਨਾ, ਬਸ ਵੇਖਣ ਗਏ ਇਹਦੇ ਨਾਲ, ਉਹਨੇ ਜਿਹੜਾ ਹੀ ਕੋਈ ਨਹੀਂ, ਨਾ ਤਾਂ ਇਹਨਾਂ ਗੱਲ ਕਿਸੇ ਨਾਲ ਕਰਨੀ ਹੈ, ਵੇਖ ਲਈ ਹਾਂ, ਕਿਉਂਕਿ ਇਹਦੇ ਤੇ ਹੁਣ ਨੈਟ ਵੀ ਚੱਲਦਾ, ਅਗਲੇ ਤੇ ਨੈਟ ਨਹੀਂ ਚੱਲਦਾ, ਉਹ ਨਾ ਹੋਵੇ ਕਿ ਰਮਾਨ ਸਾਹਿਬ ਦੇ ਇੱਥੇ ਹੋਵੇ, ਕਦੇ ਕਿਸੇ ਦੇ ਕਦੇ ਕਿਸੇ ਦੇ, ਹੈ ਨਹੀਂ ਨਹੀਂ ਇਹਦੇ ਇੱਥੇ ਨਹੀਂ, ਵੇਖੇਗਾ ਵੇਖ ਲਈ ਹਾਂ, ਕਿਉਂਕਿ ਨਾ ਕਾਫੀ ਮਹਿੰਗਾ ਵੀ ਹੈ, 1500 ਅਗਲਾ ਜੇ ਬਟਨ ਨਾਲ ਲੈਂਦਾ ਸੀ ਉਹ ਤਾਂ 4,000 ਰੁਪਏ ਦਾ ਲੈਂਦਾ ਸੀ, ਤੇ ਇਹ 15,500 ਰੁਪਏ ਦਾ ਹੈ, ਹਾਂਜੀ ਇਹ ਮਹਿੰਗਾ ਹੈ, ਉਹ ਨਾ ਵੇ ਕਿ ਬੱਚਿਆਂ ਦੀ ਖੇਡ ਖੇਡ ਦੇ ਵਿੱਚ ਨਾ, ਔਰ ਹੈ ਮਾਸ਼ਾਅੱਲਾ ਨਾ ਬੜਾ ਪਿਆਰਾ ਸੋਹਣਾ ਜਿਹਾ ਛੋਟਾ ਹੈ, ਇਹ ਤੈਨੂੰ ਚਲਾਉਂਦਿਆਂ ਤੈਨੂੰ ਟਾਈਮ ਲੱਗ ਜਾਣਾ ਹੁਣ ਇਹਦਾ। ਅਬਦੁਲ ਵਹਾਬ ਸਾਹਿਬ ਵੀ ਉੱਠ ਗਿਆ, ਔਰ ਆਉਂਦਿਆਂ ਲਾ ਕੇ ਜਿਹੜਾ ਹੈਗਾ ਨਾ, ਉੱਠਦਿਆਂ ਲਾ ਹੀ ਪੈਣੇ, ਅੰਗੂਰ ਖਾ ਰਿਹਾ, ਔਰ ਮੈਂ ਚਲਾਇਆ ਹੈ ਜੀ ਟੀ ਵੀ, ਮੈਂ ਕਿਹਾ ਤੁਹਾਨੂੰ ਦਿਖਾ ਦੇਈਏ, ਲੇਕਿਨ ਨਾ 1-2 ਨੰਬਰੀ ਸਾਡੇ ਨਾਲ ਹੋ ਗਈ ਹੈ, 2 ਨੰਬਰੀ ਕਹਿ ਲਓ ਜੀ, ਜੋ ਬਾਈ ਨੇ ਕਿਹਾ ਸੀ ਕਿ ਮੁਕੰਮਲ ਤੌਰ 'ਤੇ ਜਿਹੜੀਆਂ ਲੀਕਾਂ ਹਟ ਜਾਵਣਗੀਆਂ, ਮੁਕੰਮਲ ਤੌਰ 'ਤੇ ਟੀ ਵੀ ਤੁਹਾਡਾ ਠੀਕ ਹੋ ਜਾਵੇ, ਕਿ ਮੁਕੰਮਲ ਤੌਰ 'ਤੇ ਠੀਕ ਨਹੀਂ ਹੋਇਆ, ਵੈਸੇ ਚੱਲ ਰਿਹਾ ਮੁਕੰਮਲ ਤੌਰ 'ਤੇ, ਇਸ ਕਰਕੇ ਕਹਿ ਰਿਹਾ ਕਿ ਇਹ ਦੇਖੋ ਨਾ ਇਹ ਲੀਕ ਜਿਹੜੀ ਨਾ ਆ ਰਹੀ ਆ, ਇੱਕ ਲੰਬੀ ਜਿਹੜੀ ਆ ਨਾ ਮਸਲ ਜਿਹੜੀ ਉਹ ਕਾਫੀ ਸਾਰੀਆਂ ਗਿਆ ਰਹੀਆਂ ਸੀ, ਉਹ ਨਾ ਇੱਕ ਆ ਰਹੀ ਉਹਨਾਂ ਵਿੱਚੋਂ, ਨਾ ਬਾਕੀ ਕਾਫੀ ਸਾਰੀਆਂ ਚਲੀਆਂ ਗਈਆਂ ਨੇ, ਅਤੇ ਲੇਕਿਨ ਜਿਹੜੀ ਲੀਕਾਂ ਗਈਆਂ ਨਾ ਉਹਨਾਂ ਵਿੱਚ ਇੱਕ ਹਾਲੇ ਤੱਕ ਵੀ ਨਜ਼ਰ ਆ ਰਹੀ ਆ, ਲੇਕਿਨ ਹੁਣ ਚਾਹੀਦਾ ਸੀ 9,000 ਰੁਪਇਆ ਲੈ ਇਹ ਵੀ ਠੀਕ ਕਰਕੇ ਦਿੰਦੇ, ਲੇਕਿਨ ਚਲੋ ਕੋਈ ਨਹੀਂ, ਇਹਦੀ ਇੱਕ ਦੀ ਖੈਰ, ਬਲਕਿ ਇੱਕ ਨਹੀਂ ਇੱਕ ਆ ਰਹੀ ਆ, ਇੱਕ ਇਹਦੇ ਨਾਲ ਕਰਕੇ ਵੀ ਆ ਰਹੀ ਆ, 2 ਲੀਕਾਂ ਜਿਹੜੀਆਂ ਨਾ ਲੰਬੀਆਂ ਕਰਕੇ ਨਾ ਆ ਰਹੀਆਂ, ਬਾਕੀ ਅਲਹਮਦੁਲਿਲਾ ਜੀ ਬਿਲਕੁਲ ਨਾ ਠੀਕ ਚੱਲਦੀ ਪਈ ਆ। ਰਿਪੇਅਰ ਕਰਨ ਤੋਂ ਪਹਿਲੇ ਬਾਈ ਨੇ ਕਿਹਾ ਸੀ ਕਿ ਬਿਲਕੁਲ ਨਾ ਇਹ ਬੰਦ ਜ਼ਬਰਦਸਤ ਨਾ ਠੀਕ ਹੋ ਜਾਵੇਗੀ, ਲੇਕਿਨ ਇਹ ਲੀਕਾਂ ਜਿਹੜਾ ਮਸਲਾ ਹੈ ਨਾ ਇਹ ਹਾਲੇ ਤੱਕ ਨਾ ਆ ਰਿਹਾ, ਪੱਠੇ ਜਿਹੜੇ ਹੈ ਨਾ ਬਾਈ ਸਾਹਿਬ ਕੁਤਰੇ ਜਾ ਰਹੇ ਨੇ, ਬੇਗਮ ਸਾਹਿਬਾ ਪਰਦਾ ਫੜ ਕੇ ਖੜੀ ਹੋਈ ਆ, ਇਹਨੂੰ ਕੋਈ ਜ਼ਿਆਦਾ ਹੀ ਭੁੱਖ ਲੱਗੀ ਖੜੀ ਆ। ਮੈਂ ਹੁਣ ਚੱਲਿਆ ਹਾਂ ਜੀ ਸ਼ਹਿਰ, ਕੱਲ੍ਹ ਜਿਹੜੇ ਦਾਣੇ ਲੈ ਗਏ ਸੀ ਨਾ ਚੱਕੀ 'ਤੇ ਸੱਟੇ ਸੀ ਆਟਾ ਪਿਸਿਆ ਪਿਆ ਹੋਣਾ, ਉਹ ਚੱਲ ਕੇ ਲੈ ਆਉਂਦੇ, ਕਿਉਂਕਿ ਅੱਜ ਕੁਛ ਪਕਾਉਣੀ ਕੋਈ ਨਹੀਂ, ਰੋਟੀਆਂ ਚੱਲ ਆਟਾ ਪਿਆ ਕੋਈ, ਇਹ ਕਿਹੜਾ ਤਰੀਕਾ ਤੇਰਾ, ਨਾ ਸੋਟੀ ਚੱਕੀ ਫਿਰਦੇ ਤੇ ਇਹ ਤੁਹਾਨੂੰ ਹੀ ਮਾਰੂ ਨੇ, ਤੁਹਾਨੂੰ ਹੀ ਮਾਰੂ ਨੇ, ਮੈਂ ਕਿਹਾ ਇੱਕੇ ਵਾਰੀ ਇਹਨੇ ਲਾ ਦਿੱਤੀ ਹੈ ਮੈਨੂੰ ਇੱਕ, ਤੇ ਮੈਂ ਇਹ ਕਰਨੇ ਜਿਹੜਾ ਇਹਨੂੰ ਮਾਰ ਦੇ, ਚਲੋ ਠੀਕ ਹੈ ਮੈਂ ਚੱਲਣਾ, ਆਟਾ ਪਿਆ ਤੇ ਗੁੰਨ ਲਾ, ਅਗਰ ਨਹੀਂ ਪਿਆ ਤੇ ਫਿਰ ਮੈਂ ਡੈਮ ਲੈ, ਕੋਈ ਨਹੀਂ ਪਿਆ ਆਟਾ, ਚਲੋ ਜੀ ਲੈ ਕੇ ਆਈਏ ਤਾਜ਼ੇ ਤਾਜ਼ਾ ਆਟਾ ਤੇ ਤਾਜ਼ੀਆਂ ਤਾਜ਼ੀਆਂ ਫਿਰ ਰੋਟੀਆਂ ਪਕਾਉਂਦੇ ਹਾਂ ਤੰਦੂਰ ਤੇ। ਆਟਾ ਲੈ ਕੇ ਘਰ ਪਹੁੰਚੇ ਆ, ਬੇਗਮ ਸਾਹਿਬਾਂ ਤਲ ਕੇ ਬੈਠੀ, ਤਲ ਕੇ ਨਹੀਂ ਉਬਾਲ ਕੇ, ਇਹ ਦੇਖੋ ਬੀਜ ਜੇ ਉਬਾਲ ਕੇ ਬੈਠੀ ਹੋਈ ਆ, ਹੁਣ ਇਹ ਅਸੀਂ ਖਾਣ ਲੱਗੇ ਹਾਂ, ਉੱਤੇ ਕੀ ਸੱਦੇ ਨੇ ਚਾਟ ਮਸਾਲਾ ਪਾ ਕੇ, ਇਹ ਦੇਖੋ ਇਸ ਦੇ ਅੰਦਰ ਨੇ ਜੀ ਚਨੇ, ਔਰ 2-3 ਕਿਸਮ ਦੇ ਔਰ ਬੀਜ ਨੇ, ਬੇਗਮ ਸਾਹਿਬ ਮੈਂ ਬੀਜ ਖਵਾਊ, ਮਾਸ਼ਾਅੱਲਾ ਬੜੇ ਜ਼ਬਰਦਸਤ ਟੇਸਟੀ ਲੱਗਦੇ ਨੇ ਕਮਾਲ ਦੇ, ਆਹਾ ਬੇਗਮ ਸਾਹਿਬ ਰੋਟੀਆਂ ਪਕਾ ਰਹੀ ਹੈ, ਮੈਨੂੰ ਲੱਗਦਾ ਕਿ ਮੈਂ ਖਾਵਾਂ, ਕਿਉਂਕਿ ਮੈਂ ਰੱਜ ਕੇ ਨਾ, ਇਹ ਜ਼ਿਆਦਾ ਟੇਸਟੀ ਨੇ ਸਭ ਤੋਂ ਜ਼ਿਆਦਾ, ਇਹ ਜਿਹੜੇ ਬੀਜ ਨੇ ਇਹ ਥੱਲੇ ਕਰਕੇ ਪੀਵਾ ਨਾ, ਇਹਨੂੰ ਪੀਵਾਂ ਦੇ ਆਰਾਮ ਨਾਲ ਪੀ ਲਵੇਗੀ ਆਪੇ, ਥੱਲੇ ਰੱਖ ਦੇ
ਥੱਲੇ ਰੱਖ ਦੇ, ਵਾਹ ਛੱਡ ਦੇ। ਦੁੱਧ ਟਾਈਮ ਨਾਲ ਚੋ ਲਿਆ ਸੀ ਔਰ ਦੁੱਧ ਹੋ ਰਿਹਾ ਜੀ ਗਰਮ। ਆਟਾ ਬੇਗਮ ਸਾਹਿਬਾਂ ਵਿੱਚ ਸਾਰਾ ਪਾ ਦਿੱਤਾ ਬੜੋਲੇ ਦੇ, ਆਟਾ ਬਹੁਤ ਜ਼ਿਆਦਾ ਹੈਗਾ ਸੀ, ਤੂੰ ਅੱਧਾ ਰੱਖ ਦਿੰਦੀ ਵਿੱਚ ਹੀ, ਫੁੱਲ ਕਰ ਦਿੱਤਾ ਤੂੰ। ਵਟੀਜੇ ਤਾਂ ਵਟੀਜਾ ਤਾਂ ਨਹੀਂ, ਚਲੋ ਅਸੀਂ ਵੀ ਇਸ ਕਮਰੇ ਦੇ ਵਿੱਚ ਨਾ ਚੂਹੇ ਬੜੇ ਫਿਰਦੇ ਨੇ, ਆਟਾ ਤਾਂ ਅਸੀਂ ਉੱਤੋਂ ਕੱਜ ਕੇ ਰੱਖਦੇ ਹਾਂ ਔਰ ਵੈਸੇ ਵਿੱਚ ਜਿਹੜਾ ਗਾ ਵਿੱਚ ਹੀ ਰੱਖਦੀ ਨਾ, ਪਰ ਦਰਾਜ਼ ਦੇ ਵਿੱਚ ਅਸੀਂ ਰੱਖਦੇ ਹਾਂ ਨਾ, ਹਾਂਜੀ ਇਹਦੇ ਵਿੱਚ। ਚੂਹੇ ਉੱਥੇ ਤਾਂ ਨਹੀਂ ਪਹੁੰਚਦੇ ਲੇਕਿਨ ਬਾਹਰ ਨਾ ਚੂਹੇ ਕਾਫੀ ਸਾਰੇ ਸੌਣ ਕਮਰੇ 'ਚ ਫਿਰਦੇ ਨੇ। ਮੈਂ ਕੱਲ੍ਹ ਉਹ ਪੰਖਾ 'ਚ ਆਇਆ ਸੀ ਨਾ, ਪੱਖਾ ਵੀ ਸੱਚੀ ਉਹ ਲਾਇਆ ਹੀ ਕੋਈ ਮੱਝ ਦਾ, ਵੈਸੇ ਵੀ ਮਾਸ਼ਾਅੱਲਾ ਡਿੱਗ ਗਿਆ ਸੀ ਇਹਨੂੰ ਪੀੜ੍ਹੀ ਦੇ ਉੱਤੋਂ, ਵੈਸੇ ਕਾਫੀ ਜ਼ਿਆਦਾ ਮਾਸ਼ਾਅੱਲਾ ਹੁਣ ਨਾ। ਓ ਇਹ ਦੇਖ ਲਓ, ਇਹ ਦੇਖ ਲਓ ਇਹਨਾਂ ਦੇ ਕੰਮ ਚੈੱਕ ਕਰ ਲਓ, ਹੁਣ ਜੂਠੇ ਇਹਨਾਂ ਨੂੰ ਕਰਤੇ, ਇਹਨਾਂ ਨੂੰ ਜਿਹੜਾ ਇਹਨਾਂ ਪਾਣੀ ਪੈਣਾ ਮੈਂ ਨਵੇਂ ਚੱਕਾਂਗਾ। ਇਹ ਲਓ ਤੁਸੀਂ ਖਾ ਲਓ ਬੋਖੜੀਆਂ, ਇਹ ਲਓ ਤੁਸੀਂ ਖਾ ਲਓ ਪਹਿਲੇ, ਇਹ ਲਓ ਇਹ ਲਓ ਖਾਓ, ਸਾਰੇ ਖਰਾਬ ਕਰ ਦਿੱਤੇ ਇਹਨਾਂ ਨੇ। ਪੱਖਾ ਅੰਦਰ ਰੱਖ ਦਿੱਤਾ ਸੀ, ਮੈਨੂੰ ਨਾ ਕਿੱਲ ਨਹੀਂ ਮਿਲੇ ਸੀ ਲੈਣ, ਸ਼ਾਇਦ ਯਾਦ ਹੀ ਕੋਈ ਨਹੀਂ ਰਹਿ। ਹੁਣ ਇਹਨੂੰ ਜਿਸ ਦਿਨ ਗਰਮੀ ਹੋਈ ਨਾ ਉਸ ਦਿਨ ਇਹਨੂੰ ਜਿਹੜਾ ਹੈਗਾ ਨਾ ਇਨਸ਼ਾਅੱਲਾ ਪੱਖਾ ਲਾ ਕੇ ਦਿਆਂਗੇ। ਪਾਣੀ ਇਹਨੂੰ ਪਵਾਇਆ ਅਤੇ ਇਹ ਦੇਖੋ, ਇਹ ਦੇਖੋ ਇਹਦੇ ਕੰਮ ਚੈੱਕ ਕਰੋ। ਇਹ ਮੈਂ ਤਾਂ ਬੇਗਮ ਸਾਹਿਬਾਂ ਨੇ ਬਿਲਕੁਲ ਮਨਾ ਕਰਤਾ ਕਿ ਰੋਟੀ ਮੇਰੇ ਵਾਸਤੇ ਬਿਲਕੁਲ ਨਹੀਂ ਪਕਾਉਣੀ। ਲੱਕੜਾਂ ਅੱਜ ਚੱਕ ਕੇ ਇਕੱਠੀਆਂ ਲਿਆ ਕੇ ਰੱਖ ਦਿੱਤੀਆਂ ਨੇ, ਬਾਰਿਸ਼ ਤੋਂ ਬਚਤ ਹੋ ਕੇ ਬਰਾਮਦੇ ਦੇ ਥੱਲੇ ਪਈਆਂ ਰਹਿਣਗੀਆਂ। ਬਰਾਮਦੇ ਦੇ ਕਾਫੀ ਜ਼ਿਆਦਾ ਅਲਹਮਦੁਲਿਲਾ ਜੀ ਫਾਇਦੇ ਨੇ, ਮੇਰੇ ਵਾਸਤੇ ਰੋਟੀ ਨਾ ਪਕਾਵੀ ਨਾ, ਬੱਚਿਆਂ ਵੀ ਕੋਈ ਨਹੀਂ ਖਾਣੀ, ਮੈਂ ਤਾਂ ਕਹਿੰਦਾ ਰੋਟੀ ਵੈਸੇ ਹੀ ਰਹਿਣ ਦੇ, ਆਟਾ ਵਗੈਰਾ ਨਹੀਂ ਨਹੀਂ ਰਹਿਣ ਦੇ, ਪੁੱਛ ਲਿਆ ਅਗਰ ਕਿਸੇ ਨੇ ਖਾਣੀ ਹੈ ਤਾਂ ਠੀਕ ਹੈ, ਨਹੀਂ ਤਾਂ ਦੁੱਧ ਹੈਗਾ ਸੇਵੀਆਂ ਵਗੈਰਾ ਜਾਂ ਕੋਈ ਚਾਵਲ, ਹਾਂ ਖੀਰ ਵਗੈਰਾ ਪਕਾ ਲਈਏ। ਵੈਸੇ ਖੀਰ ਬਣਾਏ ਹੋਏ ਨੂੰ ਆਪਾਂ ਨੂੰ ਕਿੰਨੇ ਦਿਨ ਹੋ ਗਏ ਨੇ, ਖੀਰ ਬਣਾਏ ਹੋਏ ਨੂੰ ਮੇਰੇ ਖਿਆਲ ਦੇ ਵਿੱਚ ਨਾ ਕੰਮ ਕੰਮ ਨਾ ਕੋਈ 15-20 ਦਿਨ ਜਾਂ ਮਹੀਨਾ ਹੋ ਗਿਆ, ਅਸੀਂ ਬਿਲਕੁਲ ਬਣਾਈ ਨਹੀਂ ਹੈ। ਚਲੋ ਪੁੱਛਿਆ ਮੈਂ ਬੱਚਿਆਂ ਕੋਈ ਖਾਣੀ ਕਿ ਰੋਟੀ ਨਹੀਂ ਖਾਣੀ, ਬਲਕਿ ਜਾ ਆਪ ਹੀ ਪੁੱਛਿਆ ਤਸੱਲੀ ਨਾ। ਹਾਂ ਇਵੇਂ ਮਸਾਂ ਰੋਟੀਆਂ ਪਕਾ ਕੇ ਫਿਰ ਨਾ ਰੱਖ ਦਈਏ, ਫਾਇਦਾ ਕੋਈ ਨਹੀਂ ਆ, ਕਿਉਂਕਿ ਮੈਂ ਤਾਂ ਨਾ ਬਿਲਕੁਲ ਫੁੱਲ ਹੋ ਗਿਆ। ਅੰਗੂ ਬੇਗਮ ਸਾਹਿਬਾਂ ਪੁੱਛ ਕੇ ਤਿਆਰ ਹੀ, ਹਾਂ ਬਸ ਇੱਕ ਜਣੇ ਖਾਣੀ ਹੈ ਫਿਰ ਰਹਿਣ ਦੇ। ਮੈਂ ਤਾਂ ਕਹਿੰਦਾ ਇੱਕ ਦੇਣ ਕਣੀ ਨਾ ਵਕਤ ਕਰਨਾ, ਲੱਕੜਾਂ ਜਲਾਮ ਕਾਫੀ ਟਾਈਮ ਲੱਗ ਜਾਣਾ। ਹਾਂ ਚਲੋ ਰਹਿਣ ਦੇ, ਮੈਂ ਤਾਂ ਕੈਸੇ ਮੁਰਗੇ ਨੇ ਮੈਨੂੰ ਨਹੀਂ ਖਾਣ ਦਿੱਤਾ, ਆਪ ਹੀ ਨਹੀਂ ਖਾਇਆ। ਇਹ ਦੇਖੋ ਉਵੇਂ ਦੋਵੇਂ ਆ ਬੀਜ ਜਿਹਾ ਪਿਆ ਹੋਇਆ ਥੱਲੇ, ਛਿਟਾ ਦਿੱਤਾ ਮੇਰੇ ਕੋਲ ਕਿਉਂਕਿ ਇਹਨਾਂ ਨੇ ਜੂਠਾ ਕਰਤਾ ਸੀ, ਅਤੇ ਮੈਂ ਫਿਰ ਜਿਹੜਾ ਕਹਿੰਦਾ ਬਿਲਕੁਲ ਨਹੀਂ ਖਾਇਆ। ਔਰ ਬਾਕੀ ਅੱਜ ਦਾ ਵਲਾਗ ਵੀ ਕਰਦੇ ਖਤਮ, ਇਨਸ਼ਾਅੱਲਾ ਹੁੰਦੀ ਹੈ ਜੀ ਕੱਲ੍ਹ ਮੁਲਾਕਾਤ। ਖੁਦਾ ਹਾਫਿਜ਼, ਸੱਲਣ ਜੀ ਬਾਂ। ਔਰ ਨਾਲੇ ਕਮੈਂਟ ਕਰਕੇ ਦੱਸਣਾ ਬੇਗਮ ਸਾਹਿਬਾਂ ਨੇ ਨੂੰ ਕੈਸਾ ਜਿਹੜਾ ਹੈਗਾ ਨਾ ਗਿਫਟ ਦਿੱਤਾ ਸਰਪ੍ਰਾਈਜ਼। ਹਾਂ ਮੋਬਾਈਲ ਹੈ ਵੀ ਕਾਫੀ ਜ਼ਿਆਦਾ ਖੂਬਸੂਰਤ ਬਿਹਤਰੀਨ, ਔਰ ਇਹ ਮੈਨੂੰ ਪਸੰਦ ਆਇਆ। ਹਾਂ ਵੈਸੇ ਹਾਲੇ ਤੱਕ ਨਾ, ਹਾਲੇ ਤੱਕ ਮੇਰੇ ਜੇਬ ਦੇ ਵਿੱਚ ਹੈ, ਅਤੇ ਮੈਂ ਹਾਲੇ ਇਹਦੀ ਸੈਟਿੰਗ ਵੈਟਿੰਗ ਕਰਨੀ ਹੈ, ਹਾਲੇ ਮਸਾਂ ਨਵਾਂ ਹੀ ਲੈ ਕੇ ਆਉਂਦਾ ਨਾ, ਅਤੇ ਦੀ ਫੇਸ ਆਈ ਡੀ ਵਗੈਰਾ ਮਸਾਂ ਕਾਫੀ ਸਾਰੀ ਵਾਲੀ ਚੀਜ਼ਾਂ, ਹਾਲੇ ਇਹਦੇ ਵਿੱਚ ਕੋਈ ਯੂਟਿਊਬ ਕੁਛ ਵੀ ਇੰਸਟਾਲ ਨਹੀਂ ਹੋਇਆ। ਮੈਨੂੰ ਕਹਿੰਦੇ ਯੂਟਿਊਬ ਇੰਸਟਾਲ ਕਰਕੇ, ਮੇਰਾ ਦਿਲ ਨਹੀਂ ਕਰਦਾ ਪਿਆ ਤੁਹਾਨੂੰ ਕੁਛ ਇਹਦੇ ਵਿੱਚ ਇੰਸਟਾਲ ਕਰਕੇ ਦੇਵਾਂ, ਆਵਾਜ਼ ਇੱਥੇ ਤੱਕ ਆ ਰਹੀ ਹੋਵੇਗੀ। ਓ ਦੇਖੋ